ਗੱਲ ਤਾਂ ਮੈਂ ਮਾਨਯੋਗ CM ਸਾਹਿਬ ਅਤੇ ਮਾਨਯੋਗ ADP ਜੇਲ੍ਹਾਂ ਦੇ ਜਿਹੜੇ ਆਰਡਰ ਹਨ ਕਿ ਮੋਬਾਈਲ 'ਤੇ ਆਪਣਾ ਨਸ਼ੇ ਦੇ ਵਿਰੁੱਧ ਜ਼ੀਰੋ ਟੋਲਰੈਂਸ ਪੋਲਿਸੀ ਰੱਖੀ ਜਾਵੇ, ਉਸੀ ਦੇ ਤਹਿਤ ਅਸੀਂ ਪਿਛਲੇ ਕੁਛ ਮਹੀਨਿਆਂ ਤੋਂ ਆਪਣੀ ਜੇਲ੍ਹ 'ਤੇ ਵੀ ਨਸ਼ਾ ਮੁਕਤ ਕਰਨ ਲਈ ਅਤੇ ਮੋਬਾਈਲ ਮੁਕਤ ਕਰਨ ਲਈ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਸਾਡੇ ਵੱਲੋਂ। ਅਸੀਂ ਬਹੁਤ ਸਟ੍ਰਿਕਨੈਸ ਰੱਖੀ ਹੋਈ ਹੈ ਇਸ ਦੇ ਰਿਗਾਰਡਿੰਗ, ਅਤੇ ਇਸੇ ਦੇ ਮੱਦੇਨਜ਼ਰ ਬੀਤੇ ਦਿਨ ਅਸੀਂ ਮੁਲਾਜ਼ਮ ਦਿਲਬਾਗ ਸਿੰਘ ਤੋਂ ਡੇਲੀ ਰੂਟੀਨ ਤਲਾਸ਼ੀ ਦੌਰਾਨ 6 ਵਜੇ ਅਸੀਂ ਉਹਦੇ ਜੁੱਤਿਆਂ ਤੋਂ ਨਸ਼ੀਲਾ ਪਦਾਰਥ ਜਿਹੜਾ ਬਰਾਮਦ ਕੀਤਾ ਅਤੇ ਅਸੀਂ ਪਰਚਾ ਦੇ ਦਿੱਤਾ। ਪਰਚਾ ਅਸੀਂ SHO ਸਦਰ ਮੁਕਤਸਰ ਨੂੰ ਲਿਖਣ ਨੂੰ ਕਹਿ ਦਿੱਤਾ ਸੀ ਅਤੇ ਉਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜਿਹੜਾ ਨਸ਼ੀਲਾ ਪਦਾਰਥ ਅਸੀਂ ਬਰਾਮਦ ਕੀਤਾ ਉਸ 'ਚ 95 ਗ੍ਰਾਮ ਚਿੱਟਾ ਪਾਊਡਰ ਹੈ ਅਤੇ 52 ਗ੍ਰਾਮ ਹੀਰੋਇਨ ਹੈ ਅਤੇ 460 ਨਸ਼ੀਲੀਆਂ ਗੋਲੀਆਂ ਹਨ, ਅਤੇ ਇਸੇ ਦੇ ਤਹਿਤ ਅਸੀਂ ਇਹ ਪਰਚਾ ਦਰਜ ਕਰਵਾਇਆ ਹੈ। ਜਨਤਾ ਨੂੰ ਅਸੀਂ ਇਹੀ ਵਿਸ਼ਵਾਸ ਦਵਾਉਣਾ ਚਾਹੁੰਦੇ ਹਾਂ ਕਿ ਜੇਲ੍ਹਾਂ ਪਹਿਲਾਂ ਦੀਆਂ ਤਰ੍ਹਾਂ ਨਹੀਂ ਰਹੀਆਂ ਅਤੇ ਇਸ ਟਾਈਮ ਅਸੀਂ ਜੇਲ੍ਹਾਂ ਨੂੰ ਨਸ਼ਾ ਮੁਕਤ ਕਰਨ ਲਈ ਅਤੇ ਮੋਬਾਈਲ ਮੁਕਤ ਕਰਨ ਲਈ ਹਰ ਤਰ੍ਹਾਂ ਦਾ ਠੋਸ ਜਿਹੜਾ ਹੈਗਾ ਕਦਮ ਚੱਕਿਆ ਜਾ ਰਿਹਾ ਸਾਡਾ, ਅਤੇ ਮੁਲਾਜ਼ਮਾਂ ਨੂੰ ਵੀ ਅਤੇ ਮਤਲਬ ਜਿਹੜੇ ਗਲਤ ਅਨਸਰ ਹੈ ਉਹਨਾਂ ਨੂੰ ਮੈਂ ਇਹੀ ਹਦਾਇਤ ਦੇਣੀ ਚਾਹੁੰਦਾ ਕਿ ਆਪਣੇ ਜਿਹੜੇ ਕੰਮ ਹਨ ਇਹ ਮਤਲਬ ਨਹੀਂ ਟੋਲਰੇਟ ਕੀਤੇ ਜਾਣਗੇ ਅਤੇ ਕਿਸੇ ਵੀ ਤਰ੍ਹਾਂ ਦਾ ਨਸ਼ੀਲਾ ਪਦਾਰਥ ਜਾਂ ਮੋਬਾਈਲ ਫੋਨ ਜੇਲ੍ਹਾਂ ਵਿੱਚ ਨਹੀਂ ਲਿਆਇਆ ਜਾਊਗਾ।